ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੇ ਆ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਲਓ। ਅਤੇ ਅੱਜ ਦੀ ਵੀਡੀਓ ਦਾ ਜਿਹੜਾ ਟੌਪਿਕ ਆ ਉਹ ਹੋਣ ਵਾਲਾ ਵੀ ਕੈਨੇਡਾ ਆਉਣ ਵਾਸਤੇ ਕੀ ਸ਼ੋਪਿੰਗ ਕੀਤੀ ਜਾਵੇ। ਤਾਂ ਸਭ ਤੋਂ ਪਹਿਲਾਂ ਸਾਰਿਆਂ ਦੇ ਮਾਇੰਡ 'ਚ ਇਹੀ ਕੁਐਸਚਨ ਹੁੰਦਾ ਕਿ ਕਿੰਨਾ ਕੁ ਬਜਟ ਚਾਹੀਦਾ ਵੀ ਕੈਨੇਡਾ ਆਉਣ ਵਾਸਤੇ ਜਿਹੜੀ ਆਪਾਂ ਸ਼ੋਪਿੰਗ ਕਰਦੇ ਹਾਂ ਉਹਦੇ ਲਈ। ਤਾਂ ਬਜਟ ਦੀ ਗੱਲ ਕਰੀਏ ਤਾਂ 40 ਤੋਂ 50 ਹਜ਼ਾਰ ਰੁਪਇਆ ਲੱਗ ਜਾਂਦਾ ਈਜ਼ੀਲੀ। ਬਾਕੀ ਡਿਪੈਂਡ ਕਰਦਾ ਵੀ ਤੁਸੀਂ ਜਿਹੜੀਆਂ ਚੀਜ਼ਾਂ ਵੀ ਕਿੰਨੀਆਂ ਕੁ ਐਕਸਪੈਂਸਿਵ ਲੈਂਦੇ ਹੋ ਅਤੇ ਕੀ ਤੁਸੀਂ ਖਰੀਦਦਾਰੀ ਕਰਦੇ ਹੋ। ਪਰ ਆਪਾਂ ਅੱਜ ਗੱਲਬਾਤ ਕਰਾਂਗੇ ਵੀ ਜਿਹੜੀ ਨੋਰਮਲ ਖਰੀਦਦਾਰੀ ਆ ਅਤੇ ਜਿਹੜੀਆਂ ਨੋਰਮਲ ਜੇ ਪ੍ਰਾਈਸ ਰੇਂਜ ਦੀਆਂ ਜੇ ਚੀਜ਼ਾਂ ਆਪਾਂ ਖਰੀਦ ਕੇ ਲੈ ਕੇ ਆਉਣੇ ਆ। ਅਤੇ ਜੇ ਆਪਾਂ ਲੈਪਟੋਪ ਨੂੰ ਇਨਕਲੂਡ ਨਾ ਕਰੀਏ ਤਾਂ ਆਪਣਾ 40-50 ਹਜ਼ਾਰ ਰੁਪਏ ਦੇ ਵਿੱਚ ਸਰ ਸਕਦਾ ਜੇ ਫੋਨ ਅਤੇ ਲੈਪਟੋਪ ਨਾ ਖਰੀਦੀਏ ਤਾਂ, ਨੋਰਮਲ ਖਰੀਦਦਾਰੀ ਕਰੀਏ। ਤਾਂ ਆਪਾਂ ਸਟਾਰਟ ਕਰਦੇ ਹਾਂ ਪਹਿਲਾਂ ਲੀੜੇ ਕੱਪੜੇ ਤੋਂ, ਕਿਉਂਕਿ ਸਭ ਤੋਂ ਮੇਨ ਇਹੀ ਚੀਜ਼ ਹੁੰਦੀ ਆ ਰਿਕੁਆਇਰਮੈਂਟ, ਪਹਿਲਾਂ ਵੀ ਆਪਣੇ ਕੋਲ ਲੀੜਾ ਕੱਪੜਾ ਇਨਫ ਹੋਵੇ। ਤਾਂ 4 ਕੁ ਪੈਂਟਾਂ ਸ਼ਰਟਾਂ ਜਿਹੜੀਆਂ ਉਹ ਇਨਫ ਆ, ਅਤੇ 5 ਕੁ ਲੋਰਾ ਟੀ ਸ਼ਰਟਾਂ ਇਨਫ ਹੁੰਦੀਆਂ ਗਾ। 2 ਤੁਸੀਂ ਹੁਣ ਗਰਮੀ ਦਾ ਮਹੀਨਾ ਤਾਂ ਹੁਣ ਆਉਣਾ ਤਾਂ ਸਾਰੀਆਂ ਜ਼ਿਆਦਾਤਰ ਗਰਮੀ ਵਾਲੀਆਂ ਹੀ ਲੈ ਆਓ। ਅਤੇ 1 ਅੱਧੀ ਆ ਜਿਹੜੀ ਉਹ ਤੁਸੀਂ ਠੰਡ ਵਾਲੀ ਵੀ ਲਿਆ ਸਕਦੇ ਹੋ, ਕਿਉਂਕਿ ਸਮਟਾਈਮ ਇਹ ਆ ਕਿ ਜਦੋਂ ਮੀਂਹ ਵਗੈਰਾ ਪੈਂਦਾ ਤਾਂ ਇੱਥੇ ਟੈਂਪਰੇਚਰ ਕਾਫੀ ਡਾਊਨ ਜਾ ਵੜਦਾ, ਤਾਂ ਉਦੋਂ ਥੋੜ੍ਹੀ ਠੰਡ ਫੀਲ ਹੁੰਦੀ ਆ। ਅਤੇ 2 ਕੁ ਤੁਸੀਂ ਲੈ ਆਓ ਆਰਮਰ, ਅਤੇ 4-5 ਜੋੜੇ ਜੁਰਾਬਾਂ ਦੇ, 4 ਕੁ ਜੋੜੇ ਜਿਵੇਂ ਆਪਾਂ ਲਾ ਲਓ ਵੀ ਅੰਡਰ ਗਾਰਮੈਂਟਸ ਜਿਵੇਂ ਬਲੈਨਾਂ ਹੋ ਗਈਆਂ ਜਾਂ ਹੋਰ ਇਹੋ ਜਿਹਾ ਕੁਛ, 4 ਕੁ ਹੈਂਕੀ ਹੋ ਗਏ, ਅਤੇ ਇਹੋ ਜਿਹੀਆਂ ਚੀਜ਼ਾਂ ਤੁਸੀਂ ਸਾਰੀਆਂ ਲਿਆ ਸਕਦੇ ਹੋ। ਜਿਵੇਂ ਹੈਂਕੀ ਅਤੇ ਆ ਜੁਰਾਬਾਂ, ਇਹਨਾਂ ਦੇ ਜੋੜੇ ਵੱਧ ਹੀ ਲੈ ਆਓ, ਕਿਉਂਕਿ ਇੱਥੇ ਗੁਮਾ 'ਚ ਜਾਂਦਾ ਜਦੋਂ ਆਪਾਂ ਹੋਰ ਮੁੰਡਿਆਂ ਨਾਲ ਰਹਿੰਦੇ ਹਾਂ, ਕੋਈ ਕਿੱਧਰੋਂ ਪਾ ਗਿਆ ਕੋਈ ਕਿੱਧਰ ਪਾ ਗਿਆ ਤਾਂ ਕੋਈ ਸੈੱਟ ਸਟਾ ਦਿੰਦੇ ਆ ਇਸ ਤਰ੍ਹਾਂ ਹੀ। ਤਾਂ ਜ਼ਿਆਦਾ ਗੁੰਮਣ ਵਾਲੀਆਂ ਚੀਜ਼ਾਂ ਹੁੰਦੀਆਂ ਇਹ। ਜਿਵੇਂ ਇੱਕ ਮੋਟੀ ਜੈਕਟ ਜ਼ਰੂਰ ਲੈ ਕੇ ਆਓ, ਕਈ ਵਾਰੀ ਆਪਾਂ ਫਰੀਜ਼ਰ 'ਚ ਕੰਮ ਕਰਦੇ ਹਾਂ ਤਾਂ ਉਦੋਂ ਆਪਾਂ ਨੂੰ ਉਹਦੀ ਜ਼ਰੂਰਤ ਪੈਂਦੀ ਹੈ, ਕਿਉਂਕਿ ਇੱਥੇ ਜੈਕਟਾਂ ਵਗੈਰਾ ਬਹੁਤ ਮਹਿੰਗੀਆਂ। ਅਤੇ 2 ਕੁ ਨੋਰਮਲ ਜਿਹੀਆਂ ਹੁੱਡੀਆਂ ਲੈ ਆਓ, ਕਈ ਵਾਰੀ ਇੱਥੇ ਇਹ ਆ ਕਿ ਬਾਰਿਸ਼ ਹੋਈ ਤਾਂ ਥੋੜ੍ਹਾ ਜਿਹਾ ਟੈਂਪਰੇਚਰ ਡਾਊਨ ਜਾ ਵੜਦਾ, ਉਦੋਂ ਆਪਾਂ ਦੇ ਆਪਣੇ ਵਰਤੋਂ 'ਚ ਆ ਜਾਂਦੀਆਂ ਉਹ। ਬਾਕੀ ਜੇ ਆਪਾਂ ਹੋਰ ਗੱਲ ਕਰੀਏ ਤਾਂ ਦਵਾਈ ਦਾ ਆਪਾਂ ਉਹਦਾ ਲੈ ਕੇ ਆਓ, ਕਿਉਂਕਿ ਇੱਥੇ ਮੈਡੀਕਲ ਟ੍ਰੀਟਮੈਂਟ ਬੜਾ ਮਹਿੰਗਾ। ਤਾਂ ਆਪਦੀਆਂ ਬੇਸਿਕ ਜਿਹੀਆਂ ਦਵਾਈਆਂ ਲੈ ਆਓ, ਡਾਕਟਰ ਦੀ ਪ੍ਰੈਸਕ੍ਰਿਪਸ਼ਨ ਲੈ ਆਓ, ਅਤੇ ਇੱਕ ਇਨਵੋਇਸ ਨਾਲ ਰੱਖਿਓ, ਮਤਲਬ ਬਿੱਲ ਹੁੰਦਾ ਜਿਹੜਾ ਉਹਦਾ। ਹਾਂ, ਲੀੜੇ ਕੱਪੜੇ 'ਚ ਇੱਕ ਚੀਜ਼ ਇਨਕਲੂਡ ਕਰਨੀ ਭੁੱਲ ਗਏ ਸੀ, 2 ਜੋੜੇ ਸ਼ੂਜ਼ ਦੇ ਲੈ ਆਓ, ਇੱਕ ਸਪੋਰਟਸ ਹੋਣ ਅਤੇ ਇੱਕ ਹੋਣ ਸਨੀਕਰਸ। ਸਨੀਕਰ ਤੁਸੀਂ ਆਉਣ ਜਾਣ ਵਾਸਤੇ ਰੱਖ ਸਕਦੇ ਹੋ, ਅਤੇ ਸਪੋਰਟਸ ਤੁਸੀਂ ਕੰਮ 'ਤੇ ਜਾਣਾ ਜਾਂ ਕਿਤੇ ਜਾਣਾ ਉਦੋਂ ਪਾ ਕੇ ਜਾ ਸਕਦੇ ਹੋ। ਅਤੇ ਇਹ ਤਾਂ ਹੋ ਗਿਆ ਸੀਗਾ ਲੀੜੇ ਕੱਪੜੇ ਦਾ। ਬਾਕੀ ਜਿਵੇਂ ਕੰਬਲ, ਕੰਬਲਾਂ ਦੀ ਗੱਲ ਕਰਦੇ ਹਾਂ ਆਪਾਂ, ਇੱਕ ਕੰਬਲ ਤੁਸੀਂ ਪੂਰਾ ਗਰਮ ਲੈ ਆਓ, ਅਤੇ ਇੱਕ ਕੰਬਲ ਏਸੀ ਕੰਬਲ ਜ਼ਰੂਰ ਲੈ ਕੇ ਆਓ। ਬਾਹਲੇ ਗਰਮ ਕੰਬਲ ਦੀ ਮੈਂ ਕਹਿਣਾ ਵੀ ਇੱਥੇ ਲੋੜ ਨਹੀਂ, ਕਿਉਂਕਿ ਘਰਾਂ ਦੇ ਵਿੱਚ ਔਲਰੇਡੀ ਹੀਟਾਂ ਹੁੰਦੀਆਂ ਤਾਂ ਐਡੀ ਕੋਈ ਬਾਹਲੀ ਖਾਸ ਠੰਡ ਨਹੀਂ ਲੱਗਦੀ। ਇੱਕ ਏਸੀ ਕੰਬਲ ਹੁੰਦਾ ਉਹ ਤੁਸੀਂ ਲੈ ਆਓ, ਉਹ ਤੁਹਾਨੂੰ ਸਿਆਲਾਂ ਦੇ ਵਿੱਚ ਤਾਂ ਕੰਮ ਦੇਊਗਾ ਹੀ ਦੇਊਗਾ, ਹੁਣ ਜੋ ਗਰਮੀਆਂ ਦੀ ਸ਼ੁਰੂਆਤ ਹੁੰਦੀ ਹੈ ਤਾਂ ਮੋਟਾ ਕੰਬਲ ਆਪਾਂ ਲੈ ਨਹੀਂ ਸਕਦੇ। ਅਤੇ ਇਹ ਆ ਵੀ ਉੱਤੇ ਕੱਪੜਾ ਲੈ ਤੋਂ ਬਿਨਾਂ, ਲੀੜਾ ਲੈ ਤੋਂ ਬਿਨਾਂ ਪਿਆ ਵੀ ਨਹੀਂ ਜਾਂਦਾ, ਤਾਂ ਉਹ ਏਸੀ ਕੰਬਲ ਇਹਦੇ ਵਾਸਤੇ ਬੈਸਟ ਆ, ਕਿਉਂਕਿ ਹਜੇ ਬਾਹਲੀ ਠੰਡ ਵੀ ਨਹੀਂ ਅਤੇ ਬਾਹਲੀ ਗਰਮੀ ਵੀ ਨਹੀਂ, ਤਾਂ ਉਦੋਂ ਉਹ ਕੰਮ ਆ ਜਾਂਦਾ ਗਾ, ਉਹ ਲੈ ਆਓ ਤੁਸੀਂ। ਇੱਕ ਮੇਰਾ ਪਰਸਨਲ ਸੁਜੈਸ਼ਨ ਆ ਵੈਸੇ ਵੀ ਲੋਈ ਜ਼ਰੂਰ ਲੈ ਕੇ ਆਓ ਤੁਸੀਂ, ਜੇ ਤੁਸੀਂ ਮੰਨ ਲਓ ਵੀ ਜਿਵੇਂ ਥੋੜ੍ਹਾ ਦੇਸੀ ਬਣੇ 'ਚ ਰਹਿਣਾ ਪਸੰਦ ਕਰਦੇ ਹੋ, ਲੋਈ ਲੈ ਆਓ, ਬਹੁਤ ਵਧੀਆ। ਜਿਵੇਂ ਆਪਾਂ ਬੱਸ ਸਟੈਂਡ ਵਗੈਰਾ 'ਤੇ ਬੈਠੇ ਹੁੰਦੇ ਹਾਂ ਨਾ, ਜਦੋਂ ਸਨੋਅ ਪੈਂਦੀ ਹੈ ਤਾਂ ਠੰਡੀ ਹਵਾ ਵਗਦੀ ਹੈ, ਤਾਂ ਲੋਈ ਉਦੋਂ ਬਹੁਤ ਕਾਮਯਾਬ ਆ, ਕਿਉਂਕਿ ਇਹ 'ਚ ਸਾਰਾ ਸਰੀਰ ਬਲੇਟਿਆਂ ਦਾ, 20 ਮਿੰਟ ਕਈ ਵਾਰੀ ਬੱਸ ਨਹੀਂ ਆਉਂਦੀ ਤਾਂ ਬਹੁਤ ਜ਼ਿਆਦਾ ਠੰਡ ਲੱਗਦੀ ਆ ਉਦੋਂ। ਅਤੇ 2 ਕੁ ਟੋਪੀਆਂ ਲੈ ਆਓ ਜਿਹੜੀਆਂ ਠੰਡ ਤੋਂ ਰੋਕਣ ਵਾਲੀਆਂ, ਅਤੇ ਇੱਕ ਇੱਥੇ ਗਲਜੇ ਨੂੰ ਕਵਰ ਕਰਨ ਵਾਲੀ ਚੀਜ਼ ਆਉਂਦੀ ਹੈਗੀ, ਉਹ ਟੋਪੀ ਦੇ ਨਾਲ ਹੀ ਮਿਲ ਜਾਂਦਾ ਦੁਕਾਨਦਾਰ ਤੁਹਾਨੂੰ ਦੇ ਦੂਗਾ, ਉਹ ਲੈ ਆਓ। ਹੁਣ ਜ਼ਰੂਰਤ ਦੀਆਂ ਚੀਜ਼ਾਂ ਦੀ ਗੱਲ ਕਰੀਏ, ਜਿਵੇਂ ਭਾਂਡੇ ਹੋ ਗਏ, ਜੇ ਤਾਂ ਤੁਹਾਡਾ ਕੋਈ ਯਾਰ ਦੋਸਤ ਜਾਂ ਰਿਸ਼ਤੇਦਾਰ ਇੱਥੇ ਕੈਨੇਡਾ ਦੇ ਵਿੱਚ ਹੈ ਨਹੀਂ ਜਿਹਦੇ ਕੋਲ ਭਾਂਡੇ ਹੈਗੇ ਆ, ਤਾਂ ਤੁਸੀਂ ਭਾਂਡੇ ਚੱਕੋ। ਦੂਜੀ ਗੱਲ, ਤੁਹਾਡਾ ਡਿਸੀਜਨ ਇਹ ਪੱਕਾ ਹੋਣਾ ਚਾਹੀਦਾ ਵੀ ਮੈਂ ਹਾਂ ਉੱਥੇ ਜਾ ਕੇ ਰੋਟੀ ਪਕਾ ਹੀ ਲਊਂਗਾ। ਕੱਚਾ ਪੱਕਾ ਜੇ ਤੁਹਾਡਾ ਡਿਸੀਜਨ ਆ, ਤੁਹਾਨੂੰ ਰੋਟੀ ਪਕਾਉਣੀ ਨਹੀਂ ਆਉਂਦੀ, ਭਾਂਡੇ ਨਾ ਚੱਕੋ, 10-12 ਹਜ਼ਾਰ ਖਰਚਾ ਆ ਜਾਂਦਾ, ਨਾਲੇ ਭਾਰ ਉਹਨਾਂ ਦਾ ਭਾਂਡਿਆਂ ਦਾ ਘੱਟੋ ਘੱਟ ਵੀ 10-11 ਕਿਲੋ ਭਾਰ ਹੋ ਜਾਂਦਾ ਗਾ। ਅਤੇ ਉਸ ਤੋਂ ਬਾਅਦ ਆ ਗਈ ਗੱਲ ਟੈਚੀਆਂ ਦੀ, 2 ਟੈਚੀਆਂ ਦੀ ਜ਼ਰੂਰਤ ਹੁੰਦੀ ਆਪਾਂ ਨੂੰ, 23-23 ਕਿਲੋ ਵਾਲੇ ਬੈਗ, ਇੱਕ ਹੈਂਡ ਬੈਗ ਅਤੇ ਇੱਕ ਲੈਪਟੋਪ ਬੈਗ। ਅਤੇ ਮੈਂ ਕਹਿੰਦਾ ਵੀ ਸਾਰੇ ਬੈਗ ਆ ਜਿਹੜੇ ਉਹਨਾਂ 'ਚ ਕੁਛ ਨਾ ਕੁਛ ਪਾ ਕੇ ਲਿਆਓ, ਇਹਦੇ ਨਾਲ ਐਂ ਆ ਵੀ ਸਮਾਨ ਆਪਣੇ ਕੋਲ ਕੋਈ ਕਮੀ ਨਹੀਂ ਰਹਿੰਦੀ ਗੀ, ਅਤੇ ਆਪਾਂ ਨੂੰ ਇੱਥੇ ਆ ਕੇ ਡੋਲਰ ਨਹੀਂ ਸਪੈਂਡ ਕਰਨੇ ਪੈਂਦੇ। ਹੋਰ ਜ਼ਰੂਰਤ ਦੀਆਂ ਚੀਜ਼ਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ, ਟੁੱਥਬਰੱਸ਼ ਹੋ ਗਏ, 4-5 ਤੁਸੀਂ ਘੱਟੋ ਘੱਟ ਲੈ ਆਓ, ਤੁਹਾਡੇ ਸਾਲ ਦੇ ਆਸ ਪਾਸ ਦਾ ਟਾਈਮ ਟੱਪ ਜੂਗਾ, 3 ਕੁ ਮਹੀਨੇ ਇੱਕ ਬਰੱਸ਼ ਕੱਢ ਜਾਂਦਾ ਗਾ। ਕੋਲਗੇਟ ਦਾ ਫੁੱਲ ਵੱਡਾ ਪੈਕ ਲੈ ਆਓ ਜਿੰਨਾ ਵੀ ਤੁਸੀਂ ਲਿਆ ਸਕਦੇ ਹੋ। ਟ੍ਰਿਮਰ ਵਾਲੀਆਂ ਮਸ਼ੀਨ ਲੈ ਆਓ ਜੇ ਤੁਹਾਨੂੰ ਟ੍ਰਿਮਿੰਗ ਕਰਨੀ ਹੁੰਦੀ, ਦਾੜੀ ਦੂੜੀ ਕੱਟਣੀ ਆਉਂਦੀ ਹੈ, ਕਿਉਂਕਿ ਇੱਥੇ ਕਾਫੀ ਐਕਸਪੈਂਸ ਹੋ ਜਾਂਦਾ ਉਹਦਾ ਵੀ। ਅਤੇ ਜੇ ਆਪਾਂ ਹੋਰ ਚੀਜ਼ਾਂ ਦੀ ਗੱਲ ਕਰੀਏ, ਅਤੇ 4-5 ਟਰੈਵਲ ਅਡੈਪਟਰ ਜ਼ਰੂਰ ਲੈ ਕੇ ਆਓ, ਟਰੈਵਲ ਅਡੈਪਟਰ ਜਿਹੜੇ ਕਿ ਮਤਲਬ ਜੇ ਤੁਸੀਂ ਫੋਨ ਵੀ ਇੰਡੀਅਨ ਲੈ, ਮਤਲਬ ਇੱਥੇ ਆ ਕੇ ਇੱਕੋ ਦਮ ਫੋਨ ਨਹੀਂ ਲੈਣਾ, ਇੰਡੀਆ ਵਾਲਾ ਫੋਨ ਹੀ ਚਾਰਜ ਕਰਨਾ, ਤਾਂ ਉਹ ਪਲੱਗ ਇੱਥੇ
ਤਾਂ ਇੱਕ ਟਰੈਵਲ ਅਡੈਪਟਰ ਮਿਲਦਾ, ਉਹਦੇ ਵਿੱਚ ਆਪਾਂ ਪਲੱਗ ਲਾ ਕੇ ਅੱਗੇ ਉਹਨੂੰ ਲਾ ਸਕਦੇ ਹੁੰਦੇ ਹਾਂ ਆਪਾਂ ਸੌਕਿਟ ਦੇ ਵਿੱਚ, ਟਰੈਵਲ ਅਡੈਪਟਰ ਹੋ ਗਿਆ। ਬਾਕੀ ਤੁਸੀਂ ਜੇ ਫੋਨ ਮੈਂ ਰਿਕਮੈਂਡ ਕਰੂੰਗਾ ਨਵਾਂ ਇੰਡੀਆ ਤੋਂ ਨਾ ਲਓ, ਇੱਥੇ ਆ ਕੇ ਨਵਾਂ ਲਿਓ, ਪਰ ਚਾਈਨਾ ਮੇਡ ਫੋਨ ਨੂੰ ਨਾ ਲੈ ਕੇ ਆਇਓ। ਸੈਮਸੰਗ ਦਾ ਘੱਟੋ ਘੱਟ ਫੋਨ ਹੋਵੇ ਤੁਹਾਡੇ ਕੋਲ, ਕਿਉਂਕਿ ਉਹ ਏਅਰਪੋਰਟ ਦੇ ਵਾਈਫਾਈ ਨਾਲ ਕਨੈਕਟ ਹੋ ਜਾਂਦਾ। ਮੇਰੇ ਕੋਲ ਐੱਮ ਆਈ ਦਾ ਫੋਨ ਸੀ ਤਾਂ ਮੈਨੂੰ ਬਹੁਤ ਦਿੱਕਤ ਆਈ, ਕਿਉਂਕਿ ਉਹ ਏਅਰਪੋਰਟ ਦੇ ਵਾਈਫਾਈ ਨਾਲ ਕਨੈਕਟ ਨਹੀਂ ਹੋ ਰਿਹਾ ਸੀ ਅਤੇ ਉਹਦਾ ਮੈਨੂੰ ਬਹੁਤ ਔਖਾ ਹੋਇਆ। ਪਲੱਸ ਤੁਸੀਂ ਏਅਰਫੋਨ ਵੀ ਤੁਸੀਂ ਦੋ ਲਿਆ ਸਕਦੇ ਹੋ, ਵਧੀਆ ਕੰਪਨੀ ਦੇ ਏਅਰਫੋਨ ਲਾਇਆ, ਕਿਉਂਕਿ ਲੈਪਟੋਪ ਵੀ ਆਪਾਂ ਜਦੋਂ ਕਲਾਸ ਲਾਉਣੀ ਆ ਕਈ ਵਾਰੀ ਨਾਲ ਦੇ ਸੁੱਤੇ ਹੁੰਦੇ ਆ ਤਾਂ ਆਪਣੇ ਕੋਲ ਏਅਰਫੋਨ ਨਾ ਹੋਣ ਉਦੋਂ ਔਖਾ ਹੁੰਦਾ ਹੈਗਾ। ਅਤੇ ਲੈਪਟੋਪ ਜੇ ਤੁਸੀਂ ਲਿਆਉਣਾ, ਲੈਪਟੋਪ ਮੈਂ ਰਿਕਮੈਂਡ ਕਰੂੰਗਾ ਇੰਡੀਆ ਤੋਂ ਲਾਇਆ, ਇੱਥੇ ਥੋੜ੍ਹੇ ਲੈਪਟੋਪ ਮਹਿੰਗੇ ਆ। ਅਤੇ ਟਰੈਵਲ ਅਡੈਪਟਰ ਤੁਸੀਂ ਜ਼ਰੂਰ ਲੈ ਕੇ ਆਇਓ, ਘੱਟੋ ਘੱਟ 4-5-6 ਦੀ ਖਰਾਬ ਹੋ ਜਾਂਦੇ ਇੰਡੀਆ ਵਾਲੇ ਜਿਹੜੇ ਟਰੈਵਲ ਅਡੈਪਟਰ ਆ, ਟੁੱਟ ਜਾਂਦੇ, ਖਰਾਬ ਵੀ ਨਹੀਂ ਹੁੰਦੀਆਂ, ਜਿਹੜਾ ਪਿੰਨਾਂ ਹੁੰਦੀਆਂ ਉਹ ਬਹੁਤ ਨਾਜ਼ੁਕ ਹੁੰਦੀਆਂ, ਟੁੱਟ ਜਾਂਦੀਆਂ ਛੇਤੀ। ਅਤੇ ਬਾਕੀ ਫੋਨ ਦੇ ਚਾਰਜਰ ਕੇਬਲਾਂ ਤੁਸੀਂ ਦੋ ਲਿਆ ਸਕਦੇ ਹੋ, ਜ਼ਰੂਰੀ ਆ। ਅਤੇ ਇਹ ਚੀਜ਼ਾਂ ਹੋ ਗਈਆਂ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਹੋਰ ਜ਼ਰੂਰਤ ਦੀਆਂ ਚੀਜ਼ਾਂ ਦੀ, ਤਾਂ ਇੱਕ ਜਿਹੜੇ ਜਿਹੜੇ ਬੰਦੇ ਚਾਹ ਦੇ ਸ਼ੌਕੀਨ ਆ, ਉਹ ਤਾਜ ਮਹਿਲ ਚਾਹ ਦਾ ਇੱਕ ਪੈਕਟ ਕਿਲੋ ਕਾਲਾ ਲੈ ਆਉਣ। ਉਹ ਆਪਾਂ ਨੂੰ ਜੇ ਇੱਕ ਜਣੇ ਨਹੀਂ ਚਾਹ ਬਣਾਉਣੀ ਆ, ਮੇਰੇ ਹਿਸਾਬ ਨਾਲ 6 ਮਹੀਨੇ ਨਹੀਂ ਮੁੱਕਦਾ ਆਰਾਮ ਨਾਲ ਹੀ। ਅਤੇ ਲੌਂਗ ਇਲਾਇਚੀਆਂ ਜ਼ਰੂਰ ਅੱਧਾ ਕਿਲੋ ਲੈ ਆਓ, ਕਿਉਂਕਿ ਇੱਥੋਂ ਦੇ ਲੌਂਗ ਇਲਾਇਚੀਆਂ ਮੈਂ ਖਰੀਦ ਕੇ ਲਿਆਇਆ ਸੀਗਾ ਚਾਹ 'ਚ ਪਾਉਣ ਵਾਸਤੇ, ਪਰ ਉਹ ਸਮੈਲ ਹੀ ਨਹੀਂ ਆਉਂਦੀ, ਭਾਵੇਂ 4 ਲੌਂਗ ਪਾ ਲਓ 4 ਇਲਾਇਚੀਆਂ ਪਾ ਲਓ, ਸਮੈਲ ਨਹੀਂ ਆਉਂਦੀ ਗੀ ਚੰਗੀ ਤਰ੍ਹਾਂ ਨਾਲ, ਚਾਹ ਦਾ ਸਵਾਦ ਨਹੀਂ ਬਣਦਾ ਉਹ ਜਿਹੜਾ ਕਿ ਬਣਨਾ ਚਾਹੀਦਾ ਹੁੰਦਾ ਗਾ। ਅਤੇ ਉਹ ਵੀ ਤੁਸੀਂ ਲਿਆ ਸਕਦੇ ਹੋ। ਅਤੇ ਹੋਰ ਆਪਾਂ ਜੇ ਗੱਲ ਕਰੀਏ ਤਾਂ 2-4 ਬੈਲਟਾਂ ਲੈ ਆਓ, ਐਕਸੈਸਰੀ ਦੀ ਬਹੁਤ, ਕਿਉਂਕਿ ਲੋੜ ਪੈਂਦੀ ਆ, ਇੱਥੇ ਮਹਿੰਗੀਆਂ ਨੇ ਸਾਰੀਆਂ ਚੀਜ਼ਾਂ ਡੋਲਰ ਦੇ ਮੁਕਾਬਲੇ। ਜੇ ਆਪਾਂ ਇੰਡੀਆ ਰੁਪੀਸ ਦੇ ਹਿਸਾਬ ਨਾਲ ਕਨਵਰਟ ਕਰੀਏ, ਜੇ 500 ਦੀ ਬੈਲਟ ਵੀ ਆਪਾਂ ਵਧੀਆ ਲੈਂਦੇ ਹਾਂ ਇੰਡੀਆ ਤੋਂ, ਤਾਂ ਇੱਥੇ ਜੇ ਘੱਟੋ ਘੱਟ 16-17 or $20 ਡਾਲਰਾਂ ਦੀ ਬੈਲਟ ਆਉਂਦੀ ਆ, 12-13 ਦੀ ਪੈ ਜਾਂਦੀ ਆਪਾਂ ਨੂੰ। ਤਾਂ ਹੀ ਮੈਂ ਤੁਹਾਨੂੰ ਕਹਿਣਾ ਵੀ ਤੁਹਾਨੂੰ ਇੱਥੇ ਆ ਕੇ ਚੀਜ਼ਾਂ 'ਤੇ ਡੋਲਰ ਆ ਜਿਹੜੇ ਉਹ ਘੱਟੋ ਘੱਟ 1 ਸਾਲ or 6 months ਸਪੈਂਡ ਨਾ ਕਰਨੇ ਪੈਣ, ਤਾਂ ਉਸ ਹਿਸਾਬ ਨਾਲ ਤੁਸੀਂ ਚੀਜ਼ਾਂ ਲੈ ਕੇ ਆਓ। ਜਿਵੇਂ 2 ਬੈਲਟਾਂ ਲੈ ਲਓ, ਹੋਰ ਜਿਵੇਂ ਹੇਅਰ ਸਪਰੇਅ ਵਗੈਰਾ ਲੈ ਆਓ ਤੁਸੀਂ, ਅਤੇ ਜਿਵੇਂ ਫੇਸ ਵਾਸ਼ ਵਗੈਰਾ ਲੈ ਆਓ, ਕਿਉਂਕਿ ਸੇਮ ਚੀਜ਼ਾਂ ਇੱਥੇ ਕਈ ਵਾਰੀ ਨਹੀਂ ਮਿਲਦੀਆਂ, ਸ਼ੈਂਪੂ ਲਿਆ ਸਕਦੇ ਹੋ ਤੁਸੀਂ, ਤਾਂ ਉਹ ਜਿਹੀਆਂ ਚੀਜ਼ਾਂ ਤੁਸੀਂ ਲੈ ਆਓ। ਜ਼ਰੂਰਤ ਦੀਆਂ ਚੀਜ਼ਾਂ ਜ਼ਿਆਦਾ ਲੈ ਕੇ ਆਓ, ਲੀੜਾ ਕੱਪੜਾ, ਕਿਉਂਕਿ ਐਂ ਬਾਹਲੀਆਂ ਪੈਂਟਾਂ ਸ਼ਰਟਾਂ ਇੱਥੇ ਚੱਕਣ ਦੀ ਲੋੜ ਨਹੀਂ ਹੈਗੀ, 4 ਕੁ ਪੈਂਟਾਂ ਸ਼ਰਟਾਂ ਇਨਾਫ ਆ, 4 ਕੁ ਵੀ ਪਾਉਣ ਦਾ ਟਾਈਮ ਨਹੀਂ ਲੱਗਦਾ ਇੱਥੇ, ਕਿਉਂਕਿ ਮੇਨਲੀ ਆਪਾਂ ਜਾਣਾ ਕਿੱਥੇ ਹੁੰਦਾ, ਗੁਰਦੁਆਰੇ ਜਾਣਾ ਹੁੰਦਾ ਵੱਧ ਤੋਂ ਵੱਧ, ਜਾਂ ਆਪਾਂ ਕਿਤੇ ਮੌਲ 'ਚ ਜਾਣਾ ਹੁੰਦਾ, ਹੋਰ ਕਿਤੇ ਜਾਣਾ ਨਹੀਂ ਗਾ ਆਪਾਂ, 4 ਕੁ ਪੈਂਟਾਂ ਸ਼ਰਟਾਂ ਬਹੁਤ ਆ, ਇੱਕੋ ਦਮ ਆ ਕੇ ਇੱਕ ਸਾਰਾ ਸਮਾਨ ਨਾ ਲਾਓ। ਸਾਰਿਆਂ ਨੂੰ ਸੁਜੈਸ਼ਨ ਆ ਮੇਰੀ, ਜੇ ਟਰੈਵਲ ਅਡੈਪਟਰ ਲਾਉਣਾ 1 ਲਾਓ, ਬ੍ਰਸ਼ ਲਾਉਣਾ 1 ਲਾਓ, ਪੈਂਟ ਸ਼ਰਟ ਲਾਉਣੀ ਆ ਪਹਿਲਾਂ 1 ਲਾਓ, ਲੋਅਰਾਂ ਟੀ ਸ਼ਰਟਾਂ ਜੇ 5 ਘੱਟੋ ਘੱਟ ਤੁਸੀਂ ਲੈ ਆਓ, 5 ਲਿਆਉਣੇ ਹੋ ਤਾਂ ਉਹਦੇ ਵਿੱਚੋਂ 2 ਲਾ ਲਓ ਜਾਂ 3 ਲਾ ਲਓ, ਕਿਉਂਕਿ 2 ਦਿਨ ਤਾਂ ਬੰਦਾ ਈਜ਼ੀਲੀ, ਰੋਜ਼ ਇੱਥੇ ਕੋਈ ਵੀ ਐਂ ਨਹੀਂ ਵੀ ਚੇਂਜ ਕਰਕੇ ਕੱਪੜੇ ਜਾਂ ਪਾ ਕੇ ਜਾਂਦਾ, 2 ਦਿਨ ਇੱਕ ਲੋਅਰ ਟੀ ਸ਼ਰਟ ਪਾਈ ਰੱਖਦੇ ਹਾਂ ਆਪਾਂ ਆਰਾਮ ਨਾਲ। ਤਾਂ ਇਹ ਆ ਵੀ 2 ਜਾਂ 3 ਲੋਅਰਾਂ ਟੀ ਸ਼ਰਟ ਇੱਕ ਵਾਰੀ ਦੇ ਵਿੱਚ ਲਾ ਲਓ, ਇਹ ਨਹੀਂ ਕਿ ਸਾਰਾ ਕੁੱਕ ਇਹ ਰਹੀ ਖਿਲਾਰ ਲਓ, ਉਹ ਮੁੜ ਕੇ ਐਂ ਜਨਤਾ ਇੱਧਰ ਉੱਧਰ ਕਰ ਦਿੰਦੀ ਆ, ਕਿਉਂਕਿ ਆਪਾਂ ਇਹ ਤਾਂ ਹੈ ਨਹੀਂ ਵੀ ਹੁਣ ਇੱਥੇ ਕੋਈ ਪਰਸਨਲ ਰੂਮ ਜਾਂ ਪਰਸਨਲ ਘਰ ਆ ਆਪਣਾ, ਤਾਂ ਇੱਧਰ ਉੱਧਰ ਹੋ ਜਾਂਦੀਆਂ ਚੀਜ਼ਾਂ ਇਸ ਤਰ੍ਹਾਂ ਨਾਲ, ਅਤੇ ਮੁੜ ਕੇ ਆਪਾਂ ਨੂੰ ਡਿਫੀਕਲਟੀ ਆਉਂਦੀ ਹੈਗੀ, ਕਿਉਂਕਿ ਫਿਰ ਨਾ ਤਾਂ ਆਪਾਂ ਕਿਸੇ ਨੂੰ ਕੁਛ ਕਹਿ ਸਕਦੇ ਹੁੰਦੇ ਹਾਂ ਵੀ ਤੂੰ ਮੇਰੀ ਇਹ ਚੀਜ਼ ਇੱਧਰ ਉੱਧਰ ਕਰਤੀ, ਤਾਂ ਉਦੋਂ ਆਪਾਂ ਨੂੰ ਥੋੜ੍ਹੀ ਪ੍ਰੋਬਲਮ ਆਉਂਦੀ ਆ। ਤਾਂ ਇਹੀ ਚੀਜ਼ਾਂ, ਬਾਕੀ ਜੇ ਤੁਸੀਂ ਤੁਹਾਡੇ ਕੋਲ ਹੋਰ ਭਾਰ, ਮਤਲਬ ਆਪਾਂ ਨੂੰ ਹੋਰ ਸਮਾਨ ਪਾਉਣ ਦੀ ਕਪੈਸਿਟੀ ਹੈਗੀ ਆ, 3-4 ਕਿਲੋ ਭਾਰ ਹੋਰ ਪਾਉਣ ਦੀ ਕਪੈਸਿਟੀ ਆ, ਤਾਂ ਤੁਸੀਂ ਪੰਜੀਰੀ ਜਿਹੜੇ ਜਿਹੜੇ ਬੰਦੇ ਖਾ ਲੈਂਦੇ ਆ ਉਹ ਲਾ ਕੇ ਲੈ ਆਓ ਇੱਥੇ, ਕਿਉਂਕਿ ਇੱਥੇ ਜਿਹੜੀਆਂ ਚੀਜ਼ਾਂ ਉਹ ਕੈਲਰੀ ਡਾਊਨ ਕੀਤੀ ਹੁੰਦੀ ਆ, ਉਨੀ ਤਾਕਤ ਵਾਲੀਆਂ ਚੀਜ਼ਾਂ ਇੱਥੇ ਨਹੀਂ ਮਿਲਦੀਆਂ। ਦੇਸੀ ਘਿਓ ਤਾਂ ਆਪਾਂ ਨੂੰ ਨਸੀਬ ਹੀ ਨਹੀਂ ਹੁੰਦਾ ਇੱਥੇ, ਕਿ ਵੈਜੀਟੇਬਲ ਔਇਲ 'ਚ ਬਣੀਆਂ ਚੀਜ਼ਾਂ ਹੀ ਖਾਂਦੇ ਹਾਂ, ਉਸ ਤੋਂ ਬਾਅਦ ਜੋ ਟਿਫਨ ਟੁਫਨ ਲਵਾ ਲਿਆ ਉਹਨਾਂ ਨੇ ਸਾਰਾ ਕੁਛ ਵੈਜੀਟੇਬਲ ਔਇਲ ਦੇ ਵਿੱਚ ਹੀ ਬਣਿਆ ਹੋਇਆ ਆਪਾਂ ਨੂੰ ਮਿਲੂਗਾ, ਦੇਸੀ ਘਿਓ ਮੁੜ ਕੇ ਆਪਾਂ ਨੂੰ ਨਸੀਬ ਨਹੀਂ ਹੋਣਾ। ਜੇ ਆਪਾਂ 2 ਕਿਲੋ ਵੀ ਪੰਜੀਰੀ ਲੈ ਆਉਂਦੇ ਹਾਂ, ਆਪਾਂ ਨੂੰ ਘੱਟੋ ਘੱਟ 3-4 ਮਹੀਨੇ ਕੱਢ ਜਾਂਦੀ ਆ ਪੰਜੀਰੀ 2 ਕਿਲੋ, ਕਿਉਂਕਿ ਮੈਂ 1 ਕਿਲੋ ਪੰਜੀਰੀ, ਮੇਰੇ ਹਿਸਾਬ ਨਾਲ 1.5 ਕਿਲੋ ਹੋਊ, ਅਤੇ ਮੈਨੂੰ 1.5 ਮਹੀਨਾ ਟੱਪ ਗਿਆ ਸੀ। ਜੇ ਤੁਸੀਂ 2 ਕਿਲੋ ਲੈ ਆਉਂਦੇ ਤਾਂ 2 ਕਿਲੋ ਨਾਲ ਹੀ ਤੁਹਾਡੇ 2 ਮਹੀਨੇ ਆਰਾਮ ਨਾਲ ਟੱਪ ਸਕਦੇ ਹੈਗੇ। ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਆਓ, ਕਾਜੂ ਬਦਾਮ ਲੈ ਆਓ, ਉਹ ਬੜੇ ਮਹਿੰਗੇ ਆ ਇੱਧਰ, ਉੱਧਰੋਂ ਤੁਸੀਂ 1 ਕਿਲੋ ਵੀ ਲਿਆ ਸਕਦੇ ਹੋ, ਅਤੇ ਇਹੋ ਜਿਹੀਆਂ ਚੀਜ਼ਾਂ ਤੁਸੀਂ ਲਿਆ ਸਕਦੇ ਹੋ। ਪੰਜੀਰੀ ਮੈਂ ਤੁਹਾਨੂੰ ਇਸ ਕਰਕੇ ਰਿਕਮੈਂਡ ਕੀਤੀ ਆ, ਕਿਉਂਕਿ ਪੰਜੀਰੀ ਸੁਬਾਹ ਜਦੋਂ ਆਪਾਂ ਉੱਠਦੇ ਹਾਂ ਚਾਹ ਨਾਲ ਕੁਛ ਖਾਣ ਨੂੰ ਮਨ ਕਰਦਾ, ਕਿਉਂਕਿ ਟਿਫਨ ਆ ਜਿਹੜੇ ਉਹ ਲੇਟ ਆਉਂਦੇ ਆ, ਭੁੱਖ ਲੱਗਦੀ ਆ, ਤਾਂ ਇੱਕੋ ਦਮ ਆਪਾਂ ਨੂੰ ਕੁਛ, ਇਹ ਆ ਵੀ ਜਾਂ ਤਾਂ ਬਾਹਰ ਜਾ ਕੇ ਆਪਾਂ ਨੂੰ $5-7 ਖਰਚਣੇ, $10 ਖਰਚਣੇ ਪੈਣਗੇ ਕੁਛ ਚਾਹ ਨਾਲ ਖਾਣ ਵਾਸਤੇ, ਅਤੇ ਉਹਦੇ ਨਾਲੋਂ ਚੰਗਾ ਵੀ ਇੰਡੀਆ ਤੋਂ ਤੁਸੀਂ ਆਪਦਾ ਪੰਜੀਰੀ ਪੰਜੂਰੀ ਜਾਂ ਕੋਈ ਹੋਰ ਚੀਜ਼ ਜਿਵੇਂ ਹੋਰ ਕਾਜੂ ਬਦਾਮ ਵੀ ਆਪਾਂ ਖਾ ਸਕਦੇ ਹਾਂ ਚਾਹ ਨਾਲ, ਤਾਂ ਉਹੋ ਜਿਹੀਆਂ ਚੀਜ਼ਾਂ ਆਪਾਂ ਲਿਆ ਸਕਦੇ ਹਾਂਗੇ। ਅਤੇ ਇਹੀ ਸੀ ਅੱਜ ਦੇ ਵਲੋਗ ਦੇ ਵਿੱਚ,
ਅਤੇ ਹੋਪ ਕਰਦਾ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊ ਅਤੇ ਤੁਹਾਨੂੰ ਕੁਛ ਨਾ ਕੁਛ ਜਾਣਕਾਰੀ ਮਿਲੀ ਹੋਊਗੀ ਵੀਡੀਓ ਤੋਂ। ਅਤੇ ਇਹ ਚੀਜ਼ਾਂ ਜਿਹੜੀਆਂ ਮੇਨ ਸੀ ਜਿਹੜੀਆਂ ਕਿ ਆਪਾਂ ਨੂੰ ਜ਼ਰੂਰੀ ਹੁੰਦੀਆਂ ਇੱਧਰ ਆਉਣ ਵੇਲੇ ਕੈਨੇਡਾ ਦੇ ਵਿੱਚ, ਅਤੇ ਉਹਨਾਂ ਬਾਰੇ ਤੁਹਾਨੂੰ ਅੱਜ ਦੱਸਿਆ। ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ। ਅਤੇ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ।